ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਗਰ ਤੁਹਾਨੂੰ ਕੋਈ ਮੌਕਾ ਦੇਵੇ ਘਰ ਬਹਿ ਕੇ 25,000 ਤੋਂ ਲੈ ਕੇ 50,000 ਕਮਾਉਣ ਦਾ, ਉਹ ਵੀ ਘਰ ਬਹਿ ਕੇ, ਐਂਡ ਕੰਮ ਦੇ ਨਾਲ ਨਾਲ ਤੁਹਾਨੂੰ ਲੈਪਟੋਪ ਵੀ ਫ੍ਰੀ 'ਚ ਮਿਲੇ, ਤਾਂ ਤੁਸੀਂ ਕੰਮ ਕਰੋਗੇ? ਐਂਡ ਇੱਕ ਹੋਰ ਓਪਰਚੁਨਿਟੀ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕਿ ਘਰ ਬਹਿ ਕੇ ਟਾਈਪਿੰਗ ਦਾ ਕੰਮ ਕਰਨਾ ਤੁਸੀਂ। ਤੁਹਾਨੂੰ ਸ਼ੀਟਸ ਪ੍ਰੋਵਾਈਡ ਕੀਤੀਆਂ ਜਾਣਗੀਆਂ, PDF ਫਾਈਲਸ ਹੋਣਗੀਆਂ, ਉਹ PDF ਫਾਈਲਸ ਨੂੰ ਤੁਸੀਂ ਦੇਖ ਦੇਖ ਕੇ ਟਾਈਪਿੰਗ ਦਾ ਕੰਮ ਕਰਨਾ, ਐਕਸਲ ਸ਼ੀਟ ਦੇ ਵਿੱਚ ਲਿਖਣਾ, ਠੀਕ ਹੈ? ਉਹਦੇ ਘੰਟੇ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਿਆ ਕਰਨਗੇ। ਜਦੋਂ ਜਦੋਂ ਤੁਸੀਂ ਕੰਮ ਕਰੋਗੇ, ਤੁਹਾਨੂੰ ਹਰੇਕ ਘੰਟੇ 700 ਤੋਂ ਲੈ ਕੇ 1200 ਤੱਕ ਦੀ ਉਹਦੀ ਸੈਲਰੀ ਹੈਗੀ ਹੈ। ਬਟ ਉਹ ਟਾਈਪਿੰਗ ਕਰਨੀ ਹੈ, ਇੰਗਲਿਸ਼ ਦੇ ਸਾਰੇ ਡਾਕੂਮੈਂਟਸ ਹੋਣੇ ਹੈ, ਸੋ ਤੁਹਾਨੂੰ ਥੋੜ੍ਹੀ ਬਹੁਤ ਇੰਗਲਿਸ਼ ਆਉਣੀ ਚਾਹੀਦੀ ਹੈ, ਟਾਈਪਿੰਗ ਦੀ ਸਪੀਡ ਵਧੀਆ ਹੋਵੇ, ਤਾਂ ਕਿ ਤੁਸੀਂ ਈਜ਼ਲੀ ਜਲਦੀ ਤੋਂ ਜਲਦੀ ਉਹਨਾਂ ਨੂੰ ਕੰਮ ਕਰਕੇ ਦੇਵੋ, ਐਂਡ ਵਧੀਆ ਚੰਗੇ ਪੈਸੇ ਤੁਸੀਂ ਘਰ ਬਹਿ ਕੇ ਵੀ ਕਮਾ ਸਕਦੇ ਹੋ। ਸਾਰੀ ਵੀਡੀਓ ਨੂੰ ਜ਼ਰੂਰ ਦੇਖਣਾ। ਅੱਜ ਆਪਾਂ ਲੈ ਕੇ ਆਏ ਹਾਂ ਓਪਰਚੁਨਿਟੀਜ਼ ਵਰਕ ਫਰੋਮ ਹੋਮ ਵਾਸਤੇ, ਤਾਂ ਕਿ ਤੁਸੀਂ ਘਰ ਬਹਿ ਕੇ ਵੀ ਕੰਮ ਕਰ ਸਕੋ। ਐਂਡ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ, ਅਗਰ ਤੁਸੀਂ ਘਰ ਬਹਿ ਕੇ ਔਨਲਾਈਨ ਅਰਨਿੰਗ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਹ ਸਾਈਡ ਬਾਈ ਸਾਈਡ ਇੱਕ ਸਕਰੀਨ ਦੇਖ ਪਾ ਰਹੇ ਹੋ, ਇੱਕ ਬੈਟਿੰਗ ਕੰਪਨੀ ਹੈਗੀ ਹੈ ਮੇਗਾਪਰੀ, ਠੀਕ ਹੈ ਜੀ। ਇੱਥੇ ਤੁਸੀਂ ਕੁਛ ਕੁ ਪੈਸੇ ਦੇ ਨਾਲ ਆਪਣੇ ਵਧੀਆ ਪੈਸੇ ਦਾ ਗੇਮਸ ਖੇਡ ਕੇ ਤੁਸੀਂ ਪੈਸੇ ਵੀ ਕਮਾ ਸਕਦੇ ਹੋ। ਅਗਰ ਇਹ ਗੇਮ ਤੁਹਾਨੂੰ ਚੰਗੀ ਲੱਗਦੀ ਹੈ, ਅਗਰ ਤੁਸੀਂ ਘਰ ਬਹਿ ਕੇ ਪੈਸੇ ਨੂੰ ਪੈਸੇ ਦੇ ਨਾਲ ਕਮਾਉਣਾ ਚਾਹੁੰਦੇ ਹੋ, ਤਾਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ, ਤੁਸੀਂ ਅੱਜ ਹੀ ਅਕਾਊਂਟ ਓਪਨ ਕਰੋ। ਅਕਾਊਂਟ ਓਪਨ ਕਰਕੇ ਜੋ ਵੀ ਤੁਸੀਂ ਗੇਮ ਖੇਡਣਾ ਚਾਹੁੰਦੇ ਹੋ, ਗੇਮ ਖੇਡ ਕੇ ਵੀ ਤੁਸੀਂ ਘਰ ਬਹਿ ਕੇ ਪੈਸੇ ਕਮਾ ਸਕਦੇ ਹੋ। ਸੋ ਰਾਈਟ, ਹੁਣ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਬੈਕ ਟੂ ਮਿਸਟਰ ਸਿੰਘ ਚੈਨਲ। ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਜਿਹੜੀ ਆ ਓਪਰਚੁਨਿਟੀ ਸ਼ੇਅਰ ਕਰਨ ਲੱਗਾ ਜੀ, ਕੰਪਨੀ ਹੈਗੀ ਹੈ ਓਰੈਕਲ। ਓਰੈਕਲ ਕੰਪਨੀ ਦਾ ਨਾਮ ਬਹੁਤ ਵੱਡਾ ਹੈਗਾ, MNC ਕੰਪਨੀ ਹੈ ਜੀ, ਕੋਈ ਮਾੜੀ ਮੋਟੀ, ਕੋਈ ਛੋਟੀ ਕੰਪਨੀ, ਕੋਈ ਜ਼ੀਰੋ ਲੈਵਲ ਦੀ ਕੰਪਨੀ, ਕੋਈ ਨਵੀਂ ਕੰਪਨੀ ਨਹੀਂ ਹੈਗੀ। ਇਹ ਕੰਪਨੀ MNC ਕੰਪਨੀ ਹੈ, ਬਹੁਤ ਵੱਡੇ ਲੈਵਲ 'ਤੇ ਕੰਮ ਕਰਦੀ ਹੈ, ਅਤੇ ਇੰਡੀਆ ਦੇ ਵਿੱਚ ਇਹਨਾਂ ਦੇ ਆਫਿਸ ਸਾਰੇ ਓਵਰਆਲ ਇੰਡੀਆ ਦੇ ਵਿੱਚ ਹੈਗੇ ਨੇ, ਈਵਨ ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਵੀ ਇਹਨਾਂ ਦਾ ਆਫਿਸ ਹੈਗਾ। ਸੋ ਜਿਹੜੀ ਓਪਰਚੁਨਿਟੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਉਹ ਹੈਗੀ ਹੈ ਜੀ, ਓਰੈਕਲ ਦੇ ਵਿੱਚ ਮੁੰਡੇ ਕੁੜੀਆਂ ਨੂੰ ਚਾਹੀਦਾ, ਉਹਨਾਂ ਨੂੰ ਕੰਮ ਕਰਨ ਵਾਸਤੇ ਚਾਹੀਦੇ ਨੇ ਜੀ। ਫਰੈਸ਼ਰ ਵੀ, ਅਗਰ ਤੁਹਾਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਤਾਂ ਫਰੈਸ਼ਰ ਵੀ ਚੱਲਣਗੇ, ਬਟ ਫਰੈਸ਼ਰ ਦੀ ਸੈਲਰੀ ਥੋੜ੍ਹੀ ਜਿਹੀ ਲੋ ਹੋਵੇਗੀ, ਠੀਕ ਹੈ। 25,000 ਤੋਂ ਲੈ ਕੇ 50,000 ਦਾ ਪੈਕੇਜ ਹੈ, ਇਨ ਹੈਂਡ ਮਿਲੇਗਾ ਹੱਥ ਦੇ ਵਿੱਚ। ਪਲੱਸ ਜਿਹੜਾ ਉਹਨਾਂ ਨੇ ਦੱਸਿਆ ਕਿ ਇਨਸੈਂਟਿਵ ਵੀ ਅਸੀਂ ਪ੍ਰੋਵਾਈਡ ਕਰਾਂਗੇ, ਕਿਉਂਕਿ ਜਿੰਨਾ ਤੁਸੀਂ ਕੰਮ ਕਰੋਗੇ, ਵਧੀਆ ਕੰਮ ਕਰੋਗੇ, ਤਾਂ ਤੁਹਾਨੂੰ ਇਨਸੈਂਟਿਵ ਵੀ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ, ਠੀਕ ਹੈ ਜੀ। ਉਸ ਤੋਂ ਬਾਅਦ ਅਤੇ ਇਹ ਜਨਵਰੀ 2024 ਤੋਂ ਜਿਹੜੀ ਮਤਲਬ ਕਿ ਐਂਡ 'ਤੇ ਪੋਸਟਾਂ ਸ਼ੁਰੂ ਹੋ ਜਾਣੀਆਂ ਨੇ, ਫਰਵਰੀ ਤੱਕ ਇਹਨਾਂ ਦੀ ਜਿਹੜੀ ਆ ਇੰਟਰਵਿਊ ਐਂਡ ਡਿਮਾਂਡ ਹੈਗੀ ਹੈ। ਸੋ ਆਪਣਾ ਹੁਣੇ ਹੁਣੇ ਜਾ ਕੇ ਅਪਲਾਈ ਕਰ ਦਵੋ, ਤਾਂ ਕਿ ਤੁਹਾਡੀ ਇੰਟਰਵਿਊ ਟਾਈਮ ਟੂ ਟਾਈਮ ਹੋ ਜਾਵੇ ਐਂਡ ਤੁਹਾਡੀ ਸਿਲੈਕਸ਼ਨ ਹੋ ਜਾਵੇ, ਰਾਈਟ। ਉਸ ਤੋਂ ਅੱਗੇ ਦੱਸਦਾ ਕਿ ਟਾਈਮਿੰਗ ਕੀ ਰਹੇਗੀ ਇਸ ਜੋਬ ਦੀ, ਟਾਈਮਿੰਗ ਹੈ ਜਿਹੜੀ ਇਹ ਜੋਬ ਦੀ ਟਾਈਮਿੰਗ ਹੈ, 9 ਵਜੇ ਤੋਂ ਲੈ ਕੇ 6 ਵਜੇ ਤੱਕ ਤੁਸੀਂ ਕੰਮ ਕਰਨਾ, ਵਰਕ ਫਰੋਮ ਹੋਮ ਹੈਗਾ। ਐਂਡ ਆਫਿਸਿਸ ਦੇ ਵਿੱਚ ਜਿੱਥੇ ਲੋਕੇਸ਼ਨ ਹੈਗੀ ਹੈ ਇਹਨਾਂ ਦੀ, ਬੜੌਦਾ ਦੇ ਵਿੱਚ ਹੈਗੀ ਹੈ, ਸੋਰੀ ਬੈਂਗਲੌਰ ਐਂਡ ਨਿਊ ਦਿੱਲੀ ਦੇ ਵਿੱਚ, ਗੁੜਗਾਓਂ ਦੇ ਵਿੱਚ। ਅਗਰ ਉੱਥੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਆਫਿਸ ਦੇ ਵਿੱਚ ਜਾ ਕੇ ਜੋਬ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਘਰ ਬਹਿ ਕੇ ਵੀ ਜੋਬ ਕਰ ਸਕਦੇ ਹੋ। ਆਪਣੇ ਪੰਜਾਬ ਦੇ ਸਪੈਸ਼ਲੀ ਜਿੰਨੇ ਬੰਦੇ ਹੈਗੇ ਨੇ, ਮੁੰਡੇ ਕੁੜੀਆਂ ਨੇ, ਉਹ ਅਗਰ ਨਿਊ ਦਿੱਲੀ ਜਾ ਕੇ ਨਹੀਂ ਜੋਬ ਕਰਨਾ ਚਾਹੁੰਦੇ, ਠੀਕ ਹੈ, ਤੁਸੀਂ ਘਰ ਬਹਿ ਕੇ ਵੀ ਔਨਲਾਈਨ ਅਰਨਿੰਗ ਕਰ ਸਕਦੇ ਹੋ, ਔਨਲਾਈਨ ਪੈਸਾ ਕਮਾ ਸਕਦੇ ਹੋ ਓਰੈਕਲ ਕੰਪਨੀ ਦੇ ਨਾਲ, ਰਾਈਟ। ਹੁਣ ਫਰੈਸ਼ਰ ਤੋਂ ਲੈ ਕੇ 8 ਸਾਲ ਦੇ ਐਕਸਪੀਰੀਅੰਸ ਤੱਕ ਇਹਨਾਂ ਨੂੰ ਬੰਦੇ ਚਾਹੀਦੇ ਨੇ ਜੀ, ਠੀਕ ਹੈ ਜੀ। ਵਰਕ ਫਰੋਮ ਹੋਮ ਹੈਗਾ, ਨੋਇਡਾ ਜਾਂ ਬੈਂਗਲੌਰ ਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ, ਆਫਿਸ 'ਚ ਜਾ ਕੇ। ਟਾਈਮਿੰਗ ਜਿਹੜੀ ਹੈਗੀ ਹੈ 9 ਤੋਂ 6 ਤੁਹਾਨੂੰ ਦੱਸ ਹੀ ਦਿੱਤਾ ਜੀ। ਅਗਰ ਤੁਸੀਂ ਇੰਟਰਸਟਿਡ ਹੈਗੇ ਹੋ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸੋ, ਐਂਡ ਅਪਲਾਈ ਕਿੱਦਾਂ ਕਰਨਾ ਮੈਂ ਤੁਹਾਨੂੰ ਉਹ ਵੀ ਦੱਸਾਂਗਾ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਜੀ, ਕਿਉਂਕਿ ਅਪਲਾਈ ਕਰਨ ਦਾ ਪ੍ਰੋਸੀਜਰ ਤੁਹਾਨੂੰ ਦੱਸ ਦਾਂਗਾ ਸਾਰਾ ਜੀ। ਅਤੇ ਇੱਕ ਗੱਲ ਹੋਰ, ਬੜੀ ਮਜ਼ੇਦਾਰ ਗੱਲ ਹੈ ਜੀ, ਸੈਟਰਡੇ ਸੰਡੇ ਬਿਲਕੁਲ ਛੁੱਟੀ, 5 ਦਿਨ ਕੰਮ ਕਰਨਾ ਤੁਸੀਂ, ਜਿਵੇਂ ਅਸੀਂ ਯੂਰਪ ਦੇ ਵਿੱਚ ਹੁਣ ਕੰਮ ਕਰ ਰਹੇ ਹਾਂ, ਮੇਰੇ ਵੀ ਇੱਦਾਂ ਹੀ ਹੈ ਜੀ। ਮੈਂ ਸਵੇਰੇ 10 ਤੋਂ 6 ਕੰਮ ਕਰਦਾ ਜੀ, ਤੁਸੀਂ ਜਿਹੜਾ ਹੈਗੀ 9 ਤੋਂ 6 ਵਜੇ ਤੱਕ ਕੰਮ ਕਰਨਾ, ਐਂਡ ਸੈਟਰਡੇ ਤੁਹਾਨੂੰ ਛੁੱਟੀ ਰਹੇਗੀ, ਸੰਡੇ ਵੀ ਤੁਸੀਂ ਛੁੱਟੀ ਰਹੇਗੀ, ਆਪਣੀ ਫੈਮਿਲੀ ਦੇ ਨਾਲ ਇੰਜੋਏ ਕਰ ਸਕਦੇ ਹੋ ਜੀ। ਹੁਣ ਅਗਲੀ ਜੋਬ ਜਿਹੜੀ ਹੈਗੀ ਹੈ, ਮੈਂ ਤੁਹਾਨੂੰ ਉਹ ਦੱਸ ਦਿੰਦਾ ਕਿ ਅਗਲੀ ਜੋਬ ਦੀ ਓਪਰਚੁਨਿਟੀਜ਼ ਕੀ ਹੈਗੀਆਂ ਨੇ। ਉਹ ਹੈਗੇ ਜੀ ਵਰਲਡ
ਤੁਹਾਨੂੰ ਪਤਾ ਜੀ ਮਾਈਕਰੋਸੋਫਟ ਵਰਡ ਹੈਗਾ ਜੀ, ਠੀਕ ਹੈ, ਜਿਹਦੇ 'ਤੇ ਆਪਾਂ ਟਾਈਪਿੰਗ ਜਾਂ ਆਪਣੇ ਨੋਟਸ ਵਗੈਰਾ ਲਿਖਦੇ ਹਾਂ, ਠੀਕ ਹੈ ਜੀ। ਵਰਡਸ ਡਾਕੂਮੈਂਟਸ ਦੀ ਇੱਕ ਡਾਟਾ ਦਿੱਤਾ ਜਾਏਗਾ ਤੁਹਾਨੂੰ, ਆ ਫਾਈਲਸ ਜਿਹੜੀਆਂ ਤੁਸੀਂ ਨਾਲ ਦੇਖ ਪਾ ਰਹੇ ਹੋ, ਇਹ ਫਾਈਲਾਂ ਹੈਗੀਆਂ ਨੇ ਜੀ, ਇਹ ਆਪਣੇ PDF ਫਾਈਲਾਂ ਹੋਣਗੀਆਂ, ਇਹਨਾਂ ਨੂੰ ਤੁਸੀਂ ਦੇਖ ਦੇਖ ਕੇ ਤੁਸੀਂ ਐਕਸਲ ਸ਼ੀਟ ਦੇ ਵਿੱਚ ਜਾ ਕੇ ਲਿਖਣੀਆਂ ਨੇ, ਨੋਟ ਡਾਊਨ ਕਰਨੀਆਂ ਨੇ। ਤੁਹਾਨੂੰ ਇਹਦੇ ਵਿੱਚ ਡਾਟਾ ਐਂਟਰੀ ਦਾ ਕੰਮ ਆਉਣਾ ਚਾਹੀਦਾ ਜੀ, ਬੇਸਿਕ ਲੈਵਲ ਆਉਂਦਾ ਹੈ ਕੋਈ ਡਾਟਾ ਐਂਟਰੀ, ਮਤਲਬ ਕਿ ਤੁਸੀਂ ਡਾਟਾ ਨੂੰ ਐਂਟਰ ਕਰਨਾ ਲਿਖ ਕੇ ਟਾਈਪਿੰਗ ਕਰਕੇ, ਠੀਕ ਹੈ। ਮਾਈਕਰੋਸੋਫਟ ਵਰਡ ਤੁਹਾਡੇ ਲੈਪਟਾਪ ਦੇ ਵਿੱਚ ਹੋਣਾ ਚਾਹੀਦਾ, ਇੱਥੇ ਲੈਪਟਾਪ ਫ੍ਰੀ ਨਹੀਂ ਹੈਗਾ, ਓਰੇਕਲ ਵਾਲੀ ਕੰਪਨੀ ਤੁਹਾਨੂੰ ਜੇ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਤੁਸੀਂ ਆਪਣੇ ਲੈਪਟਾਪ ਵੀ ਤੁਹਾਨੂੰ ਫ੍ਰੀ ਆਫ ਕੋਸਟ ਦੇਣਗੇ, ਠੀਕ ਹੈ ਜੀ। ਰਿਕੁਆਇਰਮੈਂਟਸ ਕੀ ਹੈਗੀਆਂ ਨੇ, ਕਾਪੀ ਪੇਸਟ ਦਾ ਕੰਮ ਕਰਨਾ, ਤੁਸੀਂ ਕਾਪੀ ਕਰਨਾ ਡਾਟਾ, ਠੀਕ ਹੈ ਜੀ। ਇੱਕ ਐਪਲੀਕੇਸ਼ਨ ਫਾਰਮ ਦੇਣਗੇ ਤੁਸੀਂ, ਤੁਹਾਨੂੰ ਐਕਸਲ ਸ਼ੀਟ ਦੇਣਗੇ, ਉਹ ਐਕਸਲ ਸ਼ੀਟ ਦੇ ਵਿੱਚ ਤੁਸੀਂ ਨੋਟ ਡਾਊਨ ਕਰਦੇ ਰਹਿਣਾ, ਠੀਕ ਹੈ ਜੀ। ਓਰੀਜਨਲ ਫਾਈਲਾਂ ਵੀ ਤੁਹਾਨੂੰ ਪ੍ਰੋਵਾਈਡ ਕਰਨਗੇ, ਮੰਨ ਕੇ ਚੱਲੋ 100 ਫਾਈਲਾਂ ਦੇ ਰਹੀਆਂ, ਠੀਕ ਹੈ, ਜਿੱਥੇ ਨਾਲ ਤੁਸੀਂ ਦੇਖ ਪਾ ਰਹੇ ਹੋ ਫਾਈਲਾਂ ਹੈਗੀਆਂ ਨੇ, ਇੱਦਾਂ ਦੀਆਂ ਫਾਈਲਾਂ ਤੁਹਾਨੂੰ ਵਰਡ ਦੇ ਵਿੱਚ ਦਿੱਤੀਆਂ ਜਾਣਗੀਆਂ, ਤੁਸੀਂ ਉਹਨਾਂ ਨੂੰ ਅੱਗੇ ਡਾਟਾ ਕਾਪੀ ਕਰਕੇ ਤੁਸੀਂ ਆਪੇ ਲਿਖ ਕੇ ਉਹਨਾਂ ਨੂੰ ਦੇਣਾ ਹੈ। ਐਂਡ ਇੱਕ ਗੱਲ ਹੋਰ, ਇਹ ਨੋਰਮਲ ਕਾਪੀ ਕਰਨਾ, ਤੁਸੀਂ ਹੱਥ ਨਾਲ ਲਿਖਣਾ, ਨਾ ਕਿ ਕੋਈ ਸੋਫਟਵੇਅਰ ਚੱਕਿਆ, ਸੋਫਟਵੇਅਰ ਤੋਂ ਫੋਟੋ ਖਿੱਚੀ ਐਂਡ ਉਹਨੂੰ ਲਿਖਤਾ, OCR ਵਾਲਾ ਕੰਮ ਕੋਈ ਵੀ ਨਹੀਂ ਚੱਲੇਗਾ, ਠੀਕ ਹੈ ਜੀ। ਤੁਹਾਨੂੰ ਲਿਖਣਾ ਪੈਣਾ, ਅਤੇ ਇਹਨਾਂ ਨੇ ਇੱਕ ਸਪੈਸ਼ਲੀ ਇਹਨਾਂ ਨੇ ਦੱਸਿਆ ਕਿ ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ, ਕਿਉਂਕਿ ਐਕੋਰੇਸੀ ਹੋਣਾ ਬਹੁਤ ਜ਼ਰੂਰੀ ਹੈ ਕੰਮ ਦੇ ਵਿੱਚ, ਜਿੰਨਾ ਜ਼ਿਆਦਾ ਵਧੀਆ ਕੰਮ ਕਰੋਗੇ ਉਨੇ ਜ਼ਿਆਦਾ ਤੁਹਾਨੂੰ ਪੈਸੇ ਮਿਲਣਗੇ, ਠੀਕ ਹੈ ਜੀ। ਡਾਟਾ ਟੋਟਲੀ ਤੁਹਾਡਾ ਕਲੀਅਰ ਹੋਣਾ ਚਾਹੀਦਾ ਜੀ, ਅਤੇ ਵਿਦਆਊਟ ਮਿਸਟੇਕ ਹੋਣਾ ਚਾਹੀਦਾ, ਤਾਂ ਕਿ ਤੁਹਾਨੂੰ ਚੰਗੇ ਪੈਸੇ ਮਿਲਣ। ਜੇ ਤੁਹਾਡੀ ਮਿਸਟੇਕਸ ਹੋਣਗੀਆਂ, 95% ਤੱਕ ਤੁਹਾਡਾ ਡਾਟਾ ਐਕੋਰੇਸੀ ਹੋਣਾ ਚਾਹੀਦਾ, 5% ਉਹਨਾਂ ਨੇ ਛੂਟ ਦਿੱਤੀ ਹੋਈ ਹੈ, ਅਗਰ 95 ਤੋਂ ਥੱਲੇ ਜਾਂਦਾ ਦੈਨ ਤੁਹਾਨੂੰ ਦੁਬਾਰਾ ਫਿਰ ਕੰਮ ਕਰਨਾ ਪੈਣਾ। ਸੋ ਆਪਣੇ ਦੇਖ ਕੇ ਹੀ ਤੁਸੀਂ ਕੰਮ ਕਰਿਆ ਜੀ। ਸਕਿੱਲਸ ਕਿਹੜੀਆਂ ਚਾਹੀਦੀਆਂ ਨੇ ਜੀ, ਸਿਰਫ ਡਾਟਾ ਪ੍ਰੋਸੈਸਿੰਗ ਦਾ ਕੰਮ ਆਉਣਾ ਚਾਹੀਦਾ, ਡਾਟਾ ਐਂਟਰੀ ਵਾਸਤੇ, ਠੀਕ ਹੈ ਜੀ। ਐਕਸਲ ਹੋ ਗਿਆ, ਵਰਡ ਚਲਾਉਣਾ ਆਉਣਾ ਚਾਹੀਦਾ, ਅਤੇ ਕਾਪੀ ਟਾਈਪਿੰਗ ਕਰਨੀ ਚਾਹੀਦੀ। ਬੜਾ ਸਿੰਪਲ ਜਿਹਾ ਕੰਮ ਹੈ ਯਾਰ, 10ਵੀਂ +2 ਪਾਸ ਵਾਲੇ ਵੀ ਬੰਦੇ ਕਰ ਸਕਦੇ ਆ ਜੀ। ਅਤੇ ਇਹਦੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ, ਘੰਟੇ ਦੇ ਹਿਸਾਬ ਨਾਲ 500 ਰੁਪਏ ਤੋਂ ਲੈ ਕੇ 1250 ਰੁਪਏ ਦੀ ਇਹਨਾਂ ਦੀ ਰਿਕੁਆਇਰਮੈਂਟਸ ਹੈਗੀ ਹੈ। ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈ, ਤੁਹਾਨੂੰ 1250 ਰੁਪਏ ਘੰਟੇ ਦੇ ਹਿਸਾਬ ਨਾਲ ਦੇਣਗੇ ਟਾਈਪਿੰਗ ਕਰਨ ਦਾ ਜੀ। ਅਗਰ ਤੁਸੀਂ ਫਰੈਸ਼ਰ ਹੈਗੇ ਹੋ ਤਾਂ ਤੁਹਾਨੂੰ 500 ਰੁਪਏ ਘੰਟੇ ਦੇ ਹਿਸਾਬ ਨਾਲ ਦੇਣਗੇ, ਜਿਵੇਂ ਜਿਵੇਂ ਤੁਹਾਨੂੰ ਐਕਸਪੀਰੀਅੰਸ ਹੁੰਦਾ ਰਹੂਗਾ, ਤੁਸੀਂ ਉਵੇਂ ਉਵੇਂ ਆਪਣੀ ਜਿਹੜੀ ਹੈ ਸੈਲਰੀ ਨੂੰ ਇਨਕਰੀਜ਼ ਵੀ ਕਰ ਸਕਦੇ ਹੋ। ਸੋ ਇਹ ਜਿਹੜੀਆਂ ਓਪਰਚੁਨਿਟੀਜ਼ ਵਰਕ ਫਰੋਮ ਹੋਮ ਹੈਗੀਆਂ ਨੇ ਬਹੁਤ ਵਧੀਆ ਹੈਗੀਆਂ ਨੇ। ਹੁਣ ਤੁਹਾਡੇ ਮਾਈਂਡ 'ਚ ਆਊਗਾ, ਭਾਅ ਜੀ ਹੁਣ ਅਸੀਂ ਅਪਲਾਈ ਕਿੱਦਾਂ ਕਰਨਾ ਜੀ। ਹੁਣ ਤੁਸੀਂ ਜਾਓ ਡਿਸਕ੍ਰਿਪਸ਼ਨ ਦੇ ਵਿੱਚ, ਡਿਸਕ੍ਰਿਪਸ਼ਨ ਦੇ ਵਿੱਚ ਇੱਕ ਵੈਬਸਾਈਟ ਦਾ ਲਿੰਕ ਦਿੱਤਾ ਹੋਇਆ, ਉੱਥੇ ਲਿੰਕ 'ਚ ਜਦੋਂ ਉਹਨੂੰ ਓਪਨ ਕਰੋਗੇ ਤੁਹਾਡੇ ਕੋਲ ਉੱਥੇ ਪੂਰੀ ਜਿਹੜੀ ਹੈ ਡਿਟੇਲ ਆ ਜਾਏਗੀ। ਇੱਕ ਆਏਗੀ ਤੁਹਾਡੇ ਕੋਲ ਵਰਕ ਫਰੋਮ ਹੋਮ ਕਾਪੀ ਡਾਟਾ ਵਾਲੀ ਜੀ, ਠੀਕ ਹੈ ਜੀ, ਡਾਟਾ ਕਾਪੀ ਕਰਨਾ ਤੁਸੀਂ। ਦੂਸਰੀ ਓਰੇਕਲ ਦੀ ਜੋਬ ਹੈਗੀ ਹੈ, ਠੀਕ ਹੈ ਜੀ। ਓਰੇਕਲ ਦੀ ਜੋਬ ਦਾ ਨੰਬਰ ਵਟਸਐਪ ਨੰਬਰ ਪ੍ਰੋਵਾਈਡ ਕੀਤਾ ਹੋਏਗਾ, ਤੁਸੀਂ ਡਾਇਰੈਕਟਲੀ ਕਾਲ ਕਰ ਲਿਆ ਜੀ, ਆਪਣੀ ਅਪਾਇੰਟਮੈਂਟ ਰੱਖ ਕੇ ਇੰਟਰਵਿਊ ਦੇ ਸਕਦੇ ਹੋ। ਇੰਟਰਵਿਊ ਦੇਣ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਤੁਹਾਡੀ ਅਗਰ ਸਿਲੈਕਸ਼ਨ ਹੋ ਜਾਂਦੀ ਹੈ ਦੈਨ ਤੁਸੀਂ ਵਰਕ ਫਰੋਮ ਹੋਮ ਕਰ ਸਕਦੇ ਹੋ। ਸੈਕਿੰਡ ਜਿਹੜਾ ਮੈਂ ਤੁਹਾਨੂੰ ਦੱਸ ਹੀ ਦਿੱਤਾ, ਕਾਪੀ ਡਾਟਾ ਕਰਨਾ ਜੀ, ਡਾਟਾ ਨੂੰ ਤੁਸੀਂ ਕਾਪੀ ਕਰਨਾ ਅਤੇ ਲਿਖਣਾ, ਅਤੇ ਜੇ ਤੁਹਾਡੀ ਉੱਥੇ ਇੰਟਰਵਿਊ ਕਲੀਅਰ ਹੋ ਜਾਂਦੀ ਹੈ, ਤੁਸੀਂ ਘਰ ਬਹਿ ਕੇ ਵਧੀਆ ਆਰਾਮ ਨਾਲ 40 ਤੋਂ 50 ਹਜ਼ਾਰ ਰੁਪਇਆ ਕਮਾ ਸਕਦੇ ਹੋ। ਇੱਦਾਂ ਦੀਆਂ ਜੋਬਸ ਵਰਕ ਫਰੋਮ ਹੋਮ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਿਹਾ ਕਰਾਂਗਾ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ। ਬਾਕੀ ਨੋਰਮਲੀ ਤੁਹਾਨੂੰ ਟਰੈਵਲ ਦੇ ਬਾਰੇ, ਸਟੱਡੀ ਬਾਰੇ, ਵਰਕ ਪਰਮਿਟ ਬਾਰੇ ਐਂਡ ਹੋਰ ਟੂਰਿਸਟ ਵੀਜ਼ਾ ਦੇ ਬਾਰੇ ਇਨਫੋਰਮੇਸ਼ਨ ਇਸ ਚੈਨਲ 'ਤੇ ਮਿਲਦੀ ਰਹਿੰਦੀ ਹੈ। ਬਟ ਸਾਈਡ ਬਾਈ ਸਾਈਡ ਤੁਹਾਨੂੰ ਵਰਕ ਫਰੋਮ ਹੋਮ ਦੀ ਓਪਰਚੁਨਿਟੀਜ਼ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰਦਾ ਰਿਹਾ ਕਰਾਂਗਾ, ਤਾਂ ਕਿ ਤੁਸੀਂ ਘਰ ਬਹਿ ਕੇ ਵੀ ਚਲੋ 40-50 ਹਜ਼ਾਰ ਰੁਪਇਆ ਈਜ਼ਲੀ ਅਰਨ ਕਰਨਾ ਸ਼ੁਰੂ ਕਰ ਦਿਓ। ਅੱਜ ਦਾ ਟਾਈਮ ਜਿਹੜਾ ਚੱਲ ਰਿਹਾ 2024, ਇਹ ਸਮਾਰਟ ਵਰਕ ਦਾ ਚੱਲਦਾ, ਨਾ ਕਿ ਹਾਰਡ ਵਰਕ। ਤੁਹਾਡੇ ਕੋਲ ਘਰੇ ਲੈਪਟਾਪ, ਇੰਟਰਨੈਟ ਹੋਣਾ ਚਾਹੀਦਾ, ਤੁਸੀਂ ਜਿੰਨਾ ਮਰਜ਼ੀ ਪੈਸਾ ਕਮਾਓ, ਠੀਕ ਹੈ ਜੀ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੰਜਾਬੀ ਭਰਾਵਾਂ ਤੱਕ, ਫੈਮਲੀਆਂ ਤੱਕ, ਤਾਂ ਕਿ ਉਹ ਘਰ ਬਹਿ ਕੇ ਵੀ ਕੰਮ ਕਰ ਸਕਣ ਅਤੇ ਘਰ ਬਹਿ ਕੇ ਇੱਕ ਚੰਗੀ ਇਨਕਮ ਜਨਰੇਟ ਕਰਵਾਓ। ਮਿਲਦੇ ਹਾਂ ਅਗਲੀ ਵੀਡੀਓ 'ਚ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ।